ਸਿਆਸੀ ਲੀਡਰਾਂ ਦਾ ਕਈ ਵਾਰ ਪੈਸੇ ਨਹੀਂ ਨਾ ਦੇ ਕੇ ਜਾਂਦੇ, ਜਾਂ ਕਹਿੰਦੇ ਡਰਾ ਦਿੰਦੇ ਕਿ ਘਰ ਦੇ ਮੋਹਰੇ ਰੇਹੜੀ ਲਾਈ ਹੈ। ਕਈਆਂ ਦੇ ਕੁੜਤੇ ਪਜਾਮੇ ਦੀਆਂ ਵੀ ਸ਼ਿਕਾਇਤਾਂ ਆਈਆਂ ਸੀ ਕਿ ਬਿੱਲ ਨਹੀਂ ਦਿੱਤੇ, ਤੁਸੀਂ ਕੁੜਤੇ ਪਜਾਮੇ ਦੇ ਪੈਸੇ ਦੇ ਦਿੰਦੇ। ਬਿੱਟੂ ਹੋਰੀ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਰੇਟ ਵੀ ਘਟਵਾਉਂਦੇ ਹੈ ਕਿ ਯਾਰ ਰੋਜ਼ ਦਾ ਗਾਹਕ ਆ। ਨਹੀਂ, ਡਿਸਕਾਊਂਟ ਤਾਂ ਨਹੀਂ ਮਿਲਦਾ ਕਿਉਂਕਿ ਰੋਜ਼ ਪੀਣਾ ਤੇ ਚੱਲ ਸੱਠਾਂ ਵਾਲਾ 50 ਚਲਾ ਦੇ। ਤੁਸੀਂ ਇੱਥੇ ਨਾਰੀਅਲ ਪਾਣੀ ਪੀਂਦੇ, ਹੋਰ ਵੀ ਕੋਈ ਥਾਂ ਹੈ ਜਿੱਥੇ ਰੁਕਦੇ ਹੋ ਜਾਂ ਕਰਦੇ ਹੋ? ਹੁਣ ਅੱਜ ਪਹਿਲੇ ਦਿਨ ਸਾਰੇ ਥਾਂ ਦੱਸ ਦਈਏ, ਅੱਜ ਨਾਰੀਅਲ ਪਾਣੀ, ਹੌਲੀ ਹੌਲੀ ਤੁਹਾਨੂੰ ਟਿੱਕੀਆਂ ਸਮੋਸੇ ਹੈ। ਲੀਡਰਾਂ ਦੇ ਹੱਥਾਂ 'ਚ ਨਾਰੀਅਲ ਪਾਣੀ ਘੱਟ ਹੀ ਦਿਖਿਆ, ਪੈਗ ਜ਼ਿਆਦਾ ਦਿਖੇ। ਪਾਰਟੀ ਦੇ ਪੁਰਾਣੇ CM ਉਹ ਤਾਂ ਮਸ਼ਹੂਰ ਵੀ ਇਸ ਕਰਕੇ ਸੀ, ਕਹਿੰਦੇ ਕਿ ਉਹਨਾਂ ਦਾ ਜਿਹੜਾ ਕਲਚਰ ਸੀ ਉਹ ਕਿਵੇਂ ਦਾ ਸੀ, ਜਿਹੜਾ ਸ਼ਾਮ 4 ਵਜੇ ਤੋਂ ਬਾਅਦ ਕਹਿੰਦੇ ਮਿੱਠੇ ਮਿੱਠੇ ਲੱਗ ਜਾਂਦੇ। ਅੱਜ ਆਸ਼ੂ ਤੁਹਾਨੂੰ ਮਿਸ ਕਰ ਰਹੇ ਹੋਣੇ, ਜਾਂ ਤੁਸੀਂ ਉਹਨਾਂ ਨੂੰ ਮਿਸ ਕਰ ਰਹੇ ਹੋ ਅੱਗੇ ਨਾਰੀਅਲ ਪਾਣੀ ਆਸ਼ੂ ਹੋਰਾਂ ਨਾਲ ਪੀਂਦੇ ਸੀ ਸ਼ਾਇਦ ਤੁਸੀਂ। ਆਸ ਸੇ ਮੈਂ ਵੀ ਰਵਨੀਤ ਬਿੱਟੂ, ਇਹ ਹੋਰਡਿੰਗ ਜਿਹੜੇ ਨੇ ਹੁਣ ਕਾਰਾਂ ਦੇ ਵਿੱਚ ਭਾਜਪਾ ਦੇ ਵਰਕਰਾਂ ਦੇ ਵੱਲੋਂ ਲਗਾਏ ਗਏ ਨੇ, ਜਦੋਂ ਰਵਨੀਤ ਸਿੰਘ ਬਿੱਟੂ ਹੁਣ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਦੇ ਲਈ ਭਾਜਪਾ ਨੇ ਟਿਕਟ ਦਿੱਤੀ ਹੈ, ਪ੍ਰਚਾਰ ਕਰ ਰਹੇ ਨੇ। ਬਿੱਟੂ ਸਾਹਿਬ, ਇਹ ਪੋਸਟਰ ਆਸ ਤੋਂ ਮੈਂ ਵੀ ਰਵਨੀਤ ਬਿੱਟੂ, ਇਸ ਤਰੀਕੇ ਦੀਆਂ ਹੋਰਡਿੰਗ ਲੱਗੇ ਆ, ਕਾਂਗਰਸ ਦੀਆਂ ਗੱਡੀਆਂ ਤੇ ਇਹਨਾਂ ਗੱਡੀਆਂ 'ਚ ਕੀ ਫਰਕ ਨਜ਼ਰ ਆਉਂਦਾ? ਮੈਂ ਤਾਂ ਤੁਹਾਨੂੰ ਪਤਾ ਹਜੇ ਘਰੋਂ ਨਿਕਲੇ ਆ, ਹਜੇ ਤਾਂ ਕੰਪੇਨ ਆ ਜਿਹੜੀ ਉਹ ਸ਼ੁਰੂ ਨਹੀਂ ਹੋਈ। ਇਹ ਸਾਡੇ ਜਿਹੜਾ ਦਿਹਾਤੀ ਦੇ ਸੰਘਵਾਲ ਸਾਹਿਬ ਪ੍ਰਧਾਨ ਆਏ ਸੀ ਮਿਲਣ, ਤੇ ਉਹ ਮੈਂ ਤਾਂ ਆਪ ਬਾਹਰ ਨਾ ਕੇ ਨਿਕਲ ਕੇ ਦੇਖਿਆ, ਜਦੋਂ ਆ ਨਾਰੀਅਲ ਪਾਣੀ ਆ ਜਿਹੜਾ ਉਹ ਸਾਡੇ ਘਰ ਤੇ ਰੇਹੜੀਆਂ ਮੂਹਰੇ ਹਮੇਸ਼ਾ ਇਹ ਖੜੀਆਂ ਹੈ ਪੀਣ ਲਈ, ਤੇ ਬਾਹਰ ਆ ਦੇਖਿਆ ਵੀ ਬੋਰਡ ਹਜੇ ਤਾਂ ਕੋਈ ਮਤਲਬ ਬਹੁਤ ਲੰਬਾ ਟਾਈਮ ਪਿਆ ਹੈ, ਇਹ ਪਿਆਰ ਹੀ ਆ ਆਪਣੇ ਆਪਣੇ ਬੋਰਡ, ਅਸੀਂ ਤਾਂ ਕੋਈ ਬਣਾ ਕੇ ਨਹੀਂ ਦਿੱਤੇ। ਤੇ ਮੇਰਾ ਇਹ ਸੀਗਾ ਕਿ ਕਾਂਗਰਸ ਦੇ ਤੁਸੀਂ ਬੋਰਡ ਦੇਖੇ, ਉਹ ਉਹਨਾਂ ਦੀ ਕੈਂਪੇਨਿੰਗ ਦੇਖੀ ਔਰ ਬੀਜੇਪੀ ਦੀ ਕੈਂਪੇਨਿੰਗ, ਕਿੰਨਾ ਫਰਕ ਤੁਹਾਨੂੰ ਜਿਹੜਾ ਲੁਧਿਆਣੇ 'ਚ ਨਜ਼ਰ ਆਇਆ? ਦੇਖੋ, ਵਰਕਰ ਉਵੇਂ ਹੀ ਆ, ਵਰਕਰ ਉਵੇਂ ਹੀ ਆ, ਵਰਕਰ ਦੀ ਕੋਈ ਕਮੀ ਨਹੀਂ ਗੀ, ਵਰਕਰ ਤਾਂ ਜਿੱਦ ਜਾਣ ਨਾਲ ਹੀ ਲੱਗਦਾ ਏ, ਪਰ ਜਿਹੜੇ ਲੀਡਰ ਨੇ ਉਹ ਇਹ ਬੜੇ ਡਿਸਪਲਿਨਡ ਇੱਕ ਜਿਹੜੀ ਪਾਰਟੀ ਆ, ਜਿਵੇਂ ਕਹਿਤਾ ਉਵੇਂ ਹੀ ਆ, ਇਹ ਨਹੀਂ ਵੀ ਐਵੇਂ ਜਿਹੜਾ ਲੈ ਕੇ ਕੋਈ ਹੋਰ ਆਵੇ ਫੋਟੋਆਂ ਕੋਈ ਹੋਰ ਖਿਚਾ ਜਾਂਦਾ ਏ। ਤੇ ਇਹ ਲੋਕ ਜਿਹੜੇ ਨੇ ਕਾਂਗਰਸ 'ਚ ਸੀਗਾ ਕਿ ਲੈ ਕੇ ਕੋਈ ਆਉਂਦਾ ਫੋਟੋ ਕੋਈ ਹੋਰ ਕਰਾਵੇ, ਮੈਂ ਇੰਨਾ ਡੀਪਲੀ ਮਤਲਬ ਨਾ ਕੱਢਿਆ ਕਰੋ ਤੁਸੀਂ ਕਹਿ ਰਹੇ ਹੋ, ਮੈਂ ਪੁੱਛ ਰਿਹਾ ਇਹਦਾ, ਇੰਨਾ ਮੈਂ ਤੁਹਾਨੂੰ ਕਹਿ ਰਿਹਾ ਵੀ ਇਹ ਬੜਾ ਹੀ ਹਰੇਕ ਬੰਦਾ ਆਪਣਾ ਬੀਜੇਪੀ ਦਾ ਚਿੰਨ੍ਹ ਨਾਲ ਲੈ ਕੇ ਪਾ ਕੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਦਾ। ਆ ਮੈਂ ਹੁਣੇ ਦੇਖ ਰਿਹਾ ਸੀ ਫੁੱਲ ਲਾਇਆ ਹੋਇਆ ਸੀ, ਤੇ ਇਸ ਕਰਕੇ ਇਹ ਡੈਡੀਕੇਸ਼ਨ ਆ ਨਾ ਜਿਹੜੀ ਉਹ ਮੈਨੂੰ, ਕਿਉਂਕਿ ਕਾਂਗਰਸ ਪਾਰਟੀ ਬੜਾ ਚਿਰ ਸੱਤਾ 'ਚ ਰਹੀ ਤੇ ਉਹਨੂੰ ਐਵੇਂ ਗਰੰਟਿਡ ਲੈਣ ਲੱਗ ਗਏ ਵੀ ਇਹ ਜਦੋਂ ਸੱਤਾ ਜਾਂਦੀ ਆ ਨਾ ਫਿਰ ਪਤਾ ਲੱਗਦਾ ਵੀ ਕਿੰਨਾ ਕੁਛ ਚਲੇ ਜਾਂਦਾ ਏ। ਇਹ ਬਿਲਕੁਲ ਸੱਤਾ ਦੇ ਪੰਜਾਬ 'ਚ ਕਿਤੇ ਨੇੜੇ ਅਕਾਲੀ ਦਲ ਦੇ ਰਹੇ, ਉਹ ਵੀ ਇਹਨਾਂ ਨੂੰ ਕੰਮ ਲੈ ਕੇ ਪਰੇ ਕਰ ਦਿੰਦੇ ਸੀ, ਆਪ ਹੀ ਨਜ਼ਾਰੇ ਲੈਂਦੇ ਰਹੇ ਆ ਸੱਤਾ ਦੇ। ਤੇ ਇਹਨਾਂ ਦੇ ਵਿੱਚ ਇੱਕ ਨਵੀਂ ਜਿਹੜਾ ਇਹ ਜੋਸ਼ ਆ ਵੀ ਹੁਣ ਅਸੀਂ ਇਕੱਲੇ ਪੰਜਾਬ ਦੇ ਵਿੱਚ ਸਰਕਾਰ ਆਪਣੀ ਬਣਾਉਣੀ ਆ ਤੇ ਉਹ ਬੀਜੇਪੀ ਦੇ ਫੁੱਲ ਥੱਲੇ ਬਣਾਉਣੀ ਆ, ਇਹ ਉਹ ਮੋਹਰਾਂ ਏ ਜਿਹੜੀਆਂ ਉਹ ਆਪਣੇ ਨਾਲ ਲੈ ਕੇ ਚੱਲਦੇ ਆ, ਇਹ ਕਿਸੇ ਦੇ ਇਹ ਛੇਤੀ ਕਿਤੇ ਡੋਲਦੇ ਨਹੀਂ। ਚਲੋ, ਗਰਮੀ ਜ਼ਿਆਦਾ, ਨਾਰੀਅਲ ਪਾਣੀ ਵੀ ਪੀਂਦੇ ਆ। ਨਾਰੀਅਲ ਪਾਣੀ ਅਮੂਮਨ ਮੈਨੂੰ ਲੱਗਦਾ ਇੱਥੇ ਪਹਿਲਾਂ ਤੁਸੀਂ ਆਸ਼ੂ ਹੋਰਾਂ ਦੇ ਨਾਲ ਪੀਂਦੇ ਹੋਵੋਗੇ, ਅੱਜ ਆਸ਼ੂ ਤੁਹਾਨੂੰ ਮਿਸ ਕਰ ਰਹੇ ਹੋਣੇ, ਜਾਂ ਤੁਸੀਂ ਉਹਨਾਂ ਨੂੰ ਮਿਸ ਕਰ ਰਹੇ ਹੋ ਅੱਗੇ ਨਾਰੀਅਲ ਪਾਣੀ ਆਸ਼ੂ ਹੋਰਾਂ ਨਾਲ ਪੀਂਦੇ ਸੀ ਸ਼ਾਇਦ ਤੁਸੀਂ? ਨਹੀਂ, ਨਾਰੀਅਲ ਪਾਣੀ ਪੀ ਕੇ ਜਾਂਦੇ ਹੈ ਬਸ, ਨਾਰੀਅਲ ਪਾਣੀ ਜਬ ਨਿਕਲਤੇ ਤਬ ਪੀ ਕੇ ਜਾਂਦੇ। ਪੈਸੇ ਦਿੰਦੇ? ਹਾਂ, ਨਹੀਂ ਪੈਸੇ ਜ਼ਰੂਰ ਪਹਿਲੇ। ਹਾਂ, ਨਹੀਂ ਨਹੀਂ, ਇੱਕ ਮਿੰਟ।
ਕਿਉਂਕਿ ਤੁਹਾਡਾ ਸਿਆਸੀ ਲੀਡਰਾਂ ਦਾ ਕਈ ਵਾਰ ਪੈਸੇ ਨੀ ਨਾ ਦੇ ਕੇ ਜਾਂਦੇ, ਜਾਂ ਕਹਿੰਦੇ ਡਰਾ ਦਿੰਦੇ ਕਿ ਘਰ ਦੇ ਮੋਹਰੇ ਰੇਹੜੀ ਲਾਈ ਹੈ। ਵੀ ਯਾਰ ਸਿਆਸੀ ਲੀਡਰ ਠੀਕ, ਕਈਆਂ ਦੇ ਕੁੜਤੇ ਪਜਾਮੇ ਦੀਆਂ ਵੀ ਸ਼ਿਕਾਇਤਾਂ ਆਈਆਂ ਸੀ ਕਿ ਬਿੱਲ ਨੀ ਦਿੱਤੇ, ਇੰਨੇ ਵੀ ਨੀ ਗਏ ਬਈ ਆਪਣਾ ਜਿਹੜਾ ਉਹ ਖਾਣ ਪੀਣ ਦਾ ਜਿਹੜਾ ਹੈ ਉਹ ਵੀ ਬਿੱਲ ਨਾ ਦੇ ਸਕਣ। ਠੀਕ ਆ, ਕਈ ਗੱਲਾਂ ਇਹੋ ਜਿਹੀਆਂ ਖਬਰਾਂ ਪੋਲੀਟੀਕਲ ਬੰਦਿਆਂ ਬਾਰੇ ਉਹ ਚੱਲ ਜਾਂਦੀਆਂ, ਕਈ ਵਾਰ ਓਪੋਜੀਸ਼ਨ ਵਾਲੇ ਚਲਾ ਦਿੰਦੇ ਆ, ਪਰ ਐਡੀ ਵੀ ਗੱਲ ਨਹੀਂ। ਕਈ ਲੀਡਰ ਨੇ ਕੁੜਤੇ ਪਜਾਮੇ ਦੇ ਪੈਸੇ ਨਹੀਂ ਦਿੰਦੇ, ਬਾਅਦ ਚੋਂ ਬਿੱਲ ਲੈ ਕੇ ਮਗਰ ਮਗਰ ਜਾਇਆ ਜਾਂਦਾ। ਤੁਸੀਂ ਕੁੜਤੇ ਪਜਾਮੇ ਦੇ ਪੈਸੇ ਦੇ ਦਿੰਦੇ ਹਾਲਾਂਕਿ ਤੁਸੀਂ ਤਾਂ ਪੈਂਟ ਸ਼ਰਟ ਪਾਈ। ਪੰਕਜ ਜੀ, ਗੱਲ ਇਹ ਆ ਉਨਾ ਕੁ ਪਰਮਾਤਮਾ ਜਿੰਨੇ ਕੱਪੜੇ ਪਾਉਣ ਜੋਗੇ ਉਨਾ ਕੁ ਤਾਂ ਹਰ ਇੱਕ ਬੰਦੇ ਨੂੰ। ਲੁਧਿਆਣਾ ਤਾਂ ਨਾਲੇ ਕੱਪੜਿਆਂ ਦਾ ਘਰ ਆ, ਇੱਥੇ ਤਾਂ ਤੁਹਾਨੂੰ ਪਿਆਰ ਕਰਨ ਵਾਲੇ ਉਈਓ ਦੁਸਹਿਰੇ ਦੀਵਾਲੀ ਨੂੰ ਇੰਨੇ ਕੱਪੜੇ ਦੇ ਜਾਂਦੇ ਆ, ਇੰਨੇ ਤੋਹਫੇ ਦੇ ਜਾਂਦੇ ਆ ਵੀ ਤੁਹਾਨੂੰ ਲੋੜ ਹੀ ਨਹੀਂ ਪੈਂਦੀ। ਇਹ ਬਿੱਟੂ ਹੋਰੀ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਰੇਟ ਵੀ ਘਟਵਾਉਂਦੇ ਹੈਗੇ ਯਾਰ, ਰੋਜ਼ ਦਾ ਗਾਹਕ ਆ, ਥੋੜੇ ਘੱਟ ਲਾ ਦੇ, 60 ਵਾਲਾ 50 ਚਲਾ ਦੇ। ਨਹੀਂ ਜੀ, ਰੇਟ ਪੂਰਾ ਪੂਰਾ ਰੇਟ, ਕਦੀ ਦਬਾਓ ਨਹੀਂ ਕਿਸੇ ਚੀਜ਼ ਕਾ, ਮਿਲ ਕੇ ਜਾਂਦੇ ਚੰਡੀਗੜ੍ਹ ਤੇ ਦਿੱਲੀ ਨਾਲੋਂ ਜ਼ਰੂਰ ਸਸਤਾ ਹੈ। ਇਹ ਮੈਂ ਤੁਹਾਨੂੰ ਜ਼ਰੂਰ ਕਹਿਣਾ ਵੀ ਮੈਂ ਜੇ ਲੈ ਕੇ ਜਾਣਾ ਹੋਵੇ ਗੱਡੀ ਚ ਰੱਖ ਕੇ, ਕਿੰਨੇ ਦਾ ਲੈ ਕੇ? 50 ਦਾ ਲੰਦਾ, 60 ਦਾ ਲੰਦਾ? ਨਹੀਂ ਨਹੀਂ, 20 ਰੁਪਏ ਦਾ ਘੱਟੋ ਘੱਟ ਰੇਟ ਆ ਜਿਹੜਾ ਉਹ ਚੰਡੀਗੜ੍ਹ ਤੇ ਦਿੱਲੀ ਨਾਲ ਉਹਦੇ ਫਰਕ ਆ। ਚਲੋ, ਨਾਰੀਅਲ ਦਾ ਆਨੰਦ ਲੈ ਰਹੇ ਆ। ਇਹ ਅਮੂਮਨ ਤੁਸੀਂ ਇੱਥੇ ਨਾਰੀਅਲ ਪਾਣੀ ਪੀਂਦੇ, ਹੋਰ ਵੀ ਕੋਈ ਥਾਂ ਹੈ ਜਿੱਥੇ ਰੁਕਦੇ ਹੋ ਜਾਂ ਕਰਦੇ ਹੋ? ਹੁਣ ਅੱਜ ਪਹਿਲੇ ਦਿਨ ਹੀ ਸਾਰੇ ਥਾਂ ਦੱਸ ਦਈਏ, ਹੌਲੀ ਹੌਲੀ ਤੁਹਾਨੂੰ ਦਿਖਾਵਾਂਗੇ। ਲੁਧਿਆਣੇ ਦਾ ਸਟਰੀਟ ਫੂਡ ਆ ਜਿਹੜਾ, ਲੁਧਿਆਣੇ 'ਚ ਤਾਂ ਇਹ ਚੀਜ਼ਾਂ ਜਿਹੜੀਆਂ ਏ ਇਹ ਬਹੁਤ ਜ਼ਿਆਦਾ ਏ, ਲੋਕ ਪਸੰਦ ਕਰਦੇ ਆ। ਬੜੇ ਬੜੇ ਜਿੱਥੇ 5-star ਵੀ ਨੇ, ਬੜੇ ਬੜੇ ਰੈਸਟੋਰੈਂਟ ਨੇ, ਉੱਥੇ ਮਸ਼ਹੂਰ ਗਲੀਆਂ ਦੇ ਅੰਦਰ ਜਿਹੜਾ ਇਹ ਖਾਣਾ ਉਹ ਬਹੁਤ ਅਤੇ ਆਮ ਹੀ ਆ। ਮੈਂ ਤੁਹਾਨੂੰ ਦਿਖਾਉਣਾ ਨਾਲ ਇੱਕ ਦਵਾਈਆਂ ਦੀ ਆ, ਨਾਲ ਪਾਨ ਦੀ ਦੁਕਾਨ ਹੈ ਇੱਥੇ ਮੇਰੇ ਘਰ ਦੇ ਮੂਹਰੇ ਚ ਰੱਸੀ ਆ। ਇੱਥੇ ਰਾਤ ਨੂੰ ਜਦੋਂ ਵੀ ਕਦੇ ਨਿਕਲੋ ਤੇ ਮੈਂ ਹੈਰਾਨ ਆ, 11-12 ਵਜੇ ਵੀ ਜਿਹੜੀਆਂ ਉਹ 20-20 ਗੱਡੀਆਂ ਦੀ ਲਾਈਨ ਲੱਗੀ ਪਈ ਹੁੰਦੀ ਆ। ਪਾਨ ਤੁਸੀਂ ਵੀ ਪਾਨ ਖਾਂਦੇ? ਨਹੀਂ ਨਹੀਂ, ਮੈਂ ਤਾਂ ਕਦੇ ਐਵੇਂ ਝੂਠ ਬੋਲਾਂ, ਤੁਹਾਨੂੰ ਪਤਾ ਮੈਂ ਨੇੜੇ ਵੀ ਨਹੀਂ ਮੈਂ ਕਿਸੇ ਚੀਜ਼ ਦੇ, ਪਰ ਸਾਦਾ ਪਾਨ ਤਾਂ ਦੁਨੀਆਂ ਖਾਂਦੀ ਹੈ, ਵੈਸ਼ਨੂੰ ਮਿੱਠਾ ਪਾਨ ਜਿਹੜਾ, ਮਿੱਠਾ ਪਾਨ। ਪਰ ਇਹਦੇ ਨਾਲ ਹੀ ਅੱਗੇ ਚਲੇ ਜਾਓ ਸਾਡਾ ਹੈਗਾ ਸਭ ਤੋਂ ਮਸ਼ਹੂਰ ਗੁਲਾਬ ਜਾਮਣਾ ਨੇ ਉਹਦੀਆਂ, ਤੇ ਸਮੋਸਾ। ਮੈਂ ਕਹਿੰਦਾ ਪਾਨ ਵਾਲੇ ਕੋਲ ਚੱਲਦੇ ਆ, ਨਾਲੇ ਪਾਨ ਦੇਖ ਲੈਂਦੇ, ਨਾਲੇ ਮਿੱਠਾ ਪਾਨ ਦੇਖ ਲੈਂਦੇ। ਅੱਗੇ ਪ੍ਰੋਗਰਾਮ ਬੜੇ ਨੇ, ਇਸ ਕਰਕੇ ਅੱਜ ਨਾਰੀਅਲ ਪਾਣੀ, ਹੌਲੀ ਹੌਲੀ ਤੁਹਾਨੂੰ ਟਿੱਕੀਆਂ, ਸਮੋਸੇ। 2 ਮਹੀਨੇ ਇਲੈਕਸ਼ਨ ਆ, ਬੜੀ ਲੰਬੀ ਆ। ਲੀਡਰਾਂ ਦੇ ਹੱਥਾਂ 'ਚ ਨਾਰੀਅਲ ਪਾਣੀ ਘੱਟ ਹੀ ਦਿਖਿਆ, ਪੈਗ ਜ਼ਿਆਦਾ ਦਿਖੇ। ਤੁਹਾਡੀ ਪਾਰਟੀ ਦੇ ਪੁਰਾਣੇ CM ਉਹ ਤਾਂ ਮਸ਼ਹੂਰ ਵੀ ਇਸ ਕਰਕੇ ਸੀ, ਕਹਿੰਦੇ ਕਿ ਸ਼ਾਮ ਉਹ ਵੀ ਹੁਣ BJP 'ਚ ਨੇ, ਤੇ ਇਸ ਕਰਕੇ ਉਹਨਾਂ ਦਾ ਜਿਹੜਾ ਕਲਚਰ ਸੀ ਉਹ ਕਿਵੇਂ ਦਾ ਸੀ, ਜਿਹੜਾ ਸ਼ਾਮ 4 ਵਜੇ ਤੋਂ ਬਾਅਦ ਕਹਿੰਦੇ ਮਿੱਠੇ ਮਿੱਠੇ ਲੱਗ ਜਾਂਦੇ? ਮੈਂ ਉਹ 'ਚ ਕਦੇ ਸ਼ਾਮਿਲ ਨਹੀਂ ਹੋਇਆ, ਪਰ ਮੇਰੇ ਸਿਰ 'ਤੇ ਉਹਨਾਂ ਦਾ ਬਹੁਤ ਹਮੇਸ਼ਾ ਹੱਥ ਰਿਹਾ, ਅਤੇ ਮੈਂ ਉਹਨਾਂ ਦਾ ਹਮੇਸ਼ਾ ਰਿਣੀ ਆ। ਮੈਨੂੰ ਯੂਥ ਕਾਂਗਰਸ ਦੇ ਪ੍ਰਧਾਨ ਬਣਾਉਣ ਵਾਲੇ ਪਹਿਲੇ ਦਿਨ ਉਹ ਸੀਗੇ, ਅਤੇ ਇਹ ਉਹਨਾਂ ਨੇ ਸਾਰਾ ਕੁਛ ਕੀਤਾ। ਅਤੇ ਅੱਜ ਮਹਾਰਾਣੀ ਪ੍ਰਨੀਤ ਕੌਰ ਜੀ ਵੀ BJP 'ਚ ਨੇ, ਇਲੈਕਸ਼ਨ ਅਸੀਂ ਇਕੱਠੇ ਲੜ ਰਹੇ ਹਾਂ, ਅਤੇ ਉਹਨਾਂ ਦਾ ਫਿਰ ਬਹੁਤ ਵੱਡਾ ਆਸ਼ੀਰਵਾਦ ਮੇਰੇ ਸਿਰ 'ਤੇ ਆ। ਠੀਕ ਆ, ਕਈ ਗੱਲਾਂ ਬਾਅਦ 'ਚ ਹੋਰ ਇਹੋ ਜਿਹੀਆਂ ਹੋ ਜਾਂਦੀਆਂ, ਪਰ ਪਾਰਟੀ ਨੇ ਉਹਨਾਂ ਨਾਲ ਵੀ ਬਹੁਤ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੋਈਆਂ ਜਿਹੜੀਆਂ ਕਿ ਨਹੀਂ ਹੋਣਾ ਚਾਹੀਦੀਆਂ, ਜਿਹਦੇ ਕਰਕੇ ਪਾਰਟੀ ਦਾ ਨੁਕਸਾਨ ਹੋਇਆ। ਚਲੋ, ਅੱਗੇ ਚੱਲਦੇ ਹਾਂ, ਨਾਰੀਅਲ ਪਾਣੀ ਦਾ ਪੀਤਾ, ਅੱਗੇ ਦੇਖਦੇ ਹਾਂ ਰਵਨੀਤ ਸਿੰਘ ਬਿੱਟੂ ਹੋਰਾਂ ਦੀ ਕੈਂਪੇਨਿੰਗ ਕਿਸ ਤਰੀਕੇ ਨਾਲ ਚੱਲਦੀ ਹੈ, ਕਿਉਂਕਿ ਹੁਣ ਜਦੋਂ ਭਾਜਪਾ 'ਚ ਆਏ ਨੇ ਤਾਂ ਤਰੀਕਾ ਬਦਲਿਆ, ਨਜ਼ਰੀਆ ਬਦਲਿਆ, ਜਾਂ ਫਿਰ ਉਸੇ ਤਰੀਕੇ ਦੇ ਨਾਲ ਨੇ? ਕੈਮਰਾ ਰਜਿੰਦਰ ਦੇ ਨਾਲ ਪੰਕਜ ਪਾਈ, ਨਿਊਜ਼ 18 ਲੁਧਿਆਣਾ।